ਧੰਨ ਵਾਹਿਗੁਰੂ ਜੀਓ ਕਬੀਰ ਰੋੜਾ ਹੋਏ ਰਹੋ ਬਾਟਕਾ ਤਾਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋ ਤਾਹੇ ਮਿਲੇ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿ ਖੇ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਐ ਜਿਉਂ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾਂ ਕਿਆ ਪਿਆ ਸੀਰਾ ਤਾਤਾ ਹੋ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੀ ਗੁਰੂਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਆਪਣੇ ਮੁਬਾਰਕ ਦਰਬਾਰ ਵਿੱਚ ਸੱਜ ਕੇ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਬੜੇ ਅਦਬ ਸਤਿਕਾਰ ਨਾਲ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤੀ ਹੈ। ਗੁਰੂ ਗਰੀਬ ਨਿਵਾਜ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਕਰਦਿਆਂ ਹੋਇਆਂ ਭਗਤ ਜੀ ਮਹਾਰਾਜ ਦੇ ਪਾਵਨ ਉਪਦੇਸ਼ ਨੂੰ
ਆਪਣੀ ਤੁੱਛ ਮਤ ਬੁੱਧ ਸਮਰੱਥਾ ਦੇ ਅਨੁਸਾਰ ਸਮਝਣ ਦਾ ਅਭਿਆਸ ਕਰ ਰਹੇ ਹਾਂ। ਸੋ ਇਹ ਚਾਰ ਸਲੋਕਾਂ ਦਾ ਇੱਕ ਜੁੱਟ ਹੈ ਜਿਨ੍ਹਾਂ ਵਿੱਚ ਰਲਵਾਂ ਮਿਲਵਾਂ ਭਾਵ ਚੌਂ ਸਲੋਕਾਂ ਦੇ ਵਿੱਚ ਇੱਕੇ ਸੰਦਰਭ ਦੇ ਵਿੱਚ ਭਗਤ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਆਪਣੇ ਕਿਸੇ ਪਹਿਲੇ ਸਲੋਕ ਦੇ ਖਿਆਲ ਨੂੰ ਰੱਦ ਨਹੀਂ ਕੀਤਾ। ਆਮ ਰੂਪ ਵਿੱਚ ਜਦੋਂ ਆਪਾਂ ਇਹਨਾਂ ਸਲੋਕਾਂ ਦੀ ਗੱਲ ਕਰਦੇ ਹਾਂ ਤਾਂ ਇਹ ਕਹਿੰਦੇ ਹਾਂ ਵੀ ਕਬੀਰ ਜੀ ਨੇ ਕਿਹਾ ਵੀ ਹੇ ਮਨੁੱਖ, ਜਿਵੇਂ ਰਸਤੇ 'ਚ ਰੋੜਾ ਪਿਆ ਹੁੰਦਾ, ਵੱਟਾ ਪਿਆ ਹੁੰਦਾ, ਤੂੰ ਇਸ ਤਰ੍ਹਾਂ ਦਾ ਹੋ। ਅਤੇ ਫਿਰ ਜਦੋਂ ਅਗਲਾ ਸਲੋਕ ਪੜ੍ਹਦੇ ਹਾਂ ਕਈ ਵਾਰੇ ਕੱਥ ਵੀ ਦਿੰਦੇ ਹਾਂ ਅਤੇ ਕਈ ਵਾਰੇ ਸੋਚਦੇ ਵੀ ਹਾਂ ਵੀ ਕਬੀਰ ਜੀ ਨੇ ਕਿਹਾ ਨਹੀਂ, ਰਸਤੇ ਦਾ ਰੋੜਾ ਬਣਿਆ ਵੀ ਗੱਲ ਨਹੀਂ ਬਣਨੀ, ਇਹ ਠੀਕ ਨਹੀਂ ਹੈ। ਸਾਨੂੰ ਤਾਂ ਰਸਤੇ ਦੀ ਖੇ ਪੈਰਾਂ ਥੱਲੇ ਰੋਲਣ ਵਾਲੀ ਮਿੱਟੀ ਸਮਾਨ ਹੋ ਜਾਣਾ ਚਾਹੀਦਾ। ਫਿਰ ਜਦੋਂ ਅਗਲਾ ਸਲੋਕ ਪੜ੍ਹਦੇ ਹਾਂ ਤਾਂ ਇਹ ਖਿਆਲ ਉੱਭਰ ਕੇ ਆ ਜਾਂਦਾ ਹੈ, ਜਾਂ ਕਈ ਵਾਰ ਭਾਵ ਨੂੰ ਨਾ ਸਮਝਿਆ ਜਾਏ ਤਾਂ ਇਹ ਮਨ ਵਿੱਚ ਵਿਚਾਰ ਟਿਕ ਜਾਂਦਾ ਹੈ ਵੀ ਨਹੀਂ, ਕਬੀਰ ਜੀ ਕਹਿੰਦੇ ਨੇ ਮਿੱਟੀ ਵੀ ਨਹੀਂ ਹੋਣਾ ਚਾਹੀਦਾ, ਪਾਣੀ ਵੱਤ ਸੁਭਾਅ ਹੋਣਾ ਚਾਹੀਦਾ। ਫਿਰ ਕਬੀਰ ਜੀ ਨੇ ਉਹ ਵੀ ਪ੍ਰਵਾਨ ਨਹੀਂ ਕੀਤਾ ਅਤੇ ਅਖੀਰ 'ਤੇ ਇਹ ਬਚਨ ਕਿਹਾ ਵੀ ਹਰ ਜਨ ਐਸਾ ਚਾਹੀ ਹੈ ਜੈਸਾ ਹਰ ਹੀ ਹੋਏ। ਜਦੋਂ ਅਸੀਂ ਇਹ ਪਹਿਲੇ ਖਿਆਲ ਨੂੰ ਰੱਦ ਕੇ ਦੂਜੇ ਸਲੋਕ ਨੂੰ ਅੱਗੇ ਲਿਆਉਂਦੇ ਹਾਂ, ਫਿਰ ਦੂਜੇ ਨੂੰ ਰੱਦ ਕੇ ਤੀਜੇ ਨੂੰ, ਤੀਜੇ ਨੂੰ ਰੱਦ ਕੇ ਚੌਥੇ ਨੂੰ, ਤਾਂ ਸਾਨੂੰ ਇੱਕ ਗੱਲ ਜ਼ਰੂਰ ਮਨ ਵਿੱਚ ਸੋਚਣੀ ਚਾਹੀਦੀ ਹੈ ਵੀ ਹਰੀ ਵਰਗਾ ਹੀ ਹਰੀ ਦਾ ਜਨ ਹੋਵੇ। ਇਹ ਬਚਨ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਵਾਰ ਕਹੇ ਨੇ, ਔਰ ਆਪਾਂ ਉਹਨਾਂ ਦੇ ਜਦੋਂ ਸਾਰੇ ਸ਼ਬਦਾਂ ਦੀ ਵਿਚਾਰ ਕੀਤੀ ਹੈ ਤਾਂ ਉਹਨਾਂ ਦੇ ਵਿੱਚ ਇਹ ਖਿਆਲ ਬਾਰੰਬਾਰ ਉਹਨਾਂ ਨੇ ਦ੍ਰਿੜ ਕਰਾਇਆ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਬਹੁਤ ਸਾਰੇ ਬਚਨ ਉਹਨਾਂ ਨੇ ਕਹੇ ਲੈ। ਸੋ ਇਹ ਤਾਂ ਨਹੀਂ ਕਿਹਾ ਜਾ ਸਕਦਾ ਜਾਂ ਐਸਾ ਸੋਚਣਾ ਵੀ ਨਹੀਂ ਚਾਹੀਦਾ ਕਿ ਪਹਿਲੇ ਤਿੰਨ ਸਲੋਕ ਕਬੀਰ ਜੀ ਆਪਣਾ ਕੋਈ ਅਭਿਆਸ ਕਰ ਰਹੇ ਨੇ ਅਤੇ ਉਹਨਾਂ ਨੂੰ ਲੱਗਿਆ ਵੀ ਨਹੀਂ ਗੱਲ ਨਹੀਂ ਬਣੀ, ਰੱਬ ਦਾ ਬੰਦਾ ਤਾਂ ਰੱਬ ਵਰਗਾ ਹੀ ਚਾਹੀਦਾ। ਫਿਰ ਉਹਨਾਂ ਨੇ ਪਹਿਲੇ ਖਿਆਲ ਦਰਜ ਨਹੀਂ ਸਨ ਕਰਨਾ, ਜੇ ਉਹਨਾਂ ਦਾ ਕੋਈ ਭਾਵ ਜਾਂ ਮਤਲਬ ਨਾ ਹੁੰਦਾ ਤਾਂ ਉਹ ਸਲੋਕ ਦਰਜ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਸੀ। ਉਹ ਸਿੱਧਾ ਕਹਿੰਦੇ ਵੀ ਭਾਈ ਮੈਂ ਇਸ ਨਤੀਜੇ 'ਤੇ ਪਹੁੰਚ ਗਿਆ, ਰੱਬ ਦਾ ਬੰਦਾ ਕਿਸੇ ਚੀਜ਼ ਵਰਗਾ ਨਹੀਂ, ਰੱਬ ਵਰਗਾ ਹੀ ਚਾਹੀਦਾ। ਪਰ ਕਬੀਰ ਜੀ ਇੱਕ ਪ੍ਰੈਕਟਿਸ ਦਾ ਜ਼ਿਕਰ ਕਰ ਰਹੇ ਨੇ, ਅਭਿਆਸ ਦਾ ਜ਼ਿਕਰ ਕਰ ਰਹੇ ਨੇ ਵੀ ਜੀਵ ਨੇ ਇੱਕ ਅਭਿਆਸ ਵੀ ਕਰਨਾ ਹੈ ਅਤੇ ਅਭਿਆਸ ਕਰਦਿਆਂ ਆਪਣੀ ਸੁਰਤ ਉਹਨੇ ਉਸ ਪਰਮੇਸ਼ਰ ਤੱਕ, ਉਸ ਪਰਮੇਸ਼ਰ ਵੱਲ ਰੱਖਣੀ ਹੈ ਜਿਸ ਦਾ ਉਸਨੇ ਅੰਗ ਜਾਂ ਹਿੱਸਾ ਬਣਨਾ, ਜਿਸ ਵਰਗੇ ਉਸਨੇ ਹੋਣਾ, ਉਹਦੇ ਵਰਗਾ ਹੋਣ ਲਈ ਅਭਿਆਸ ਤਾਂ ਕਰਨਾ ਹੀ ਪਏਗਾ, ਇੱਕ ਪ੍ਰੋਸੈਸ ਵਿੱਚੋਂ ਲੰਘਣਾ ਹੀ ਪਏਗਾ, ਪ੍ਰੈਕਟਿਸ ਤਾਂ ਕਰਨੀ ਪੈਣੀ ਹੈ। ਪਰ ਉਹ ਪ੍ਰੈਕਟਿਸ ਕਰਦਿਆਂ ਹੋਇਆਂ ਕੁਝ ਰੁਕਾਵਟਾਂ ਨੇ ਜਿਨ੍ਹਾਂ ਤੋਂ ਸੁਚੇਤ ਕਰਨਾ ਭਗਤ ਜੀ ਮਹਾਰਾਜ ਨੇ ਆਪਣਾ ਫਰਜ਼ ਜਾਤਾ ਸਾਡੇ ਭਲੇ ਲਈ ਅਤੇ ਸਾਨੂੰ ਸੁਚੇਤ ਕੀਤਾ।
ਰਸਤੇ ਦਾ ਰੋੜਾ ਬਣਨ ਦੀ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਤਾਂ ਇਹਦਾ ਇੱਕ ਭਾਵ ਰੱਖਿਆ ਅਤੇ ਨਾਲ ਇੱਕ ਸੁਚੇਤ ਕਰਨ ਵਾਲਾ ਪਹਿਲੂ ਵੀ ਦੱਸਿਆ ਵੀ ਇਹਦੇ ਵਿੱਚ ਵੀ ਇੱਕ ਰੁਕਾਵਟ ਆ ਸਕਦੀ ਹੈ, ਸੁਚੇਤ ਰਹਿਣਾ। ਰਸਤੇ ਦੀ ਮਿੱਟੀ ਪੈਰਾਂ ਹੇਠ ਜਿਵੇਂ ਮਿੱਟੀ ਹੁੰਦੀ ਹੈ, ਇਸ ਤਰ੍ਹਾਂ ਦੇ ਖੇਹ ਸਮਾਨ ਬਣਨਾ। ਪਰ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਐਸਾ ਅਭਿਆਸ ਕਰਦਿਆਂ ਵੀ ਇੱਕ ਮੁਸ਼ਕਲ ਆ ਸਕਦੀ ਹੈ, ਉਹਦਾ ਧਿਆਨ ਰੱਖਣਾ। ਫਿਰ ਉਹਨਾਂ ਨੇ ਕਿਹਾ ਪਾਣੀ ਵਾਂਗ ਸਰਬੰਗ ਸਮਦ੍ਰਿਸ਼ਟੀ ਰੱਖਣਾ। ਪਰ ਇਹ ਅਭਿਆਸ ਕਰਦਿਆਂ, ਸਮਦ੍ਰਿਸ਼ਟੀ ਦਾ ਅਭਿਆਸ ਕਰਦਿਆਂ ਵੀ ਇੱਕ ਉਲਝਣ ਖੜੀ ਹੋ ਸਕਦੀ ਹੈ, ਉਸ ਤੋਂ ਵੀ ਸੁਚੇਤ ਰਹਿਣਾ। ਅਤੇ ਆਪਣੀ ਮੰਜ਼ਲੇ ਮਕਸੂਦ ਆਪਣੇ ਪਰਮੇਸ਼ੁਰ ਨੂੰ ਜਾਣਨਾ, ਜਿਸ ਵਰਗਾ ਤੁਸੀਂ ਹੋਣਾ ਚਾਹੁੰਦੇ ਉਹਦੇ ਤੋਂ ਨਿਗਾਹ ਨਹੀਂ ਹਟਾਉਣੀ, ਬਲਕਿ ਅਭਿਆਸ ਕਰ। ਇਹ ਤਾਂ ਉਵੇਂ ਹੈ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਤੁਸੀਂ ਕਿੱਥੇ ਜਾਣਾ ਹੈ, ਉਹ ਕਹਿੰਦੇ ਜੀ ਮੈਂ ਗੁਰਦੁਆਰਾ ਸਾਹਿਬ ਚੱਲਿਆ। ਹੁਣ ਬੰਦਾ ਘਰੋਂ ਤੁਰਿਆ, ਉਹਦਾ ਮਕਸਦ ਗੁਰਦੁਆਰਾ ਸਾਹਿਬ ਜਾਣਾ, ਸਤਸੰਗਤ ਵਿੱਚ ਪਹੁੰਚਣਾ। ਪਰ ਆਪਾਂ ਉਹਨੂੰ ਇਹ ਵੀ ਤਾਂ ਕਹਿੰਦੇ ਨਾ ਧਿਆਨ ਨਾਲ ਲਾਈਟਾਂ ਪਾਰਕ ਕਰਨਾ, ਧਿਆਨ ਨਾਲ ਗੱਡੀ ਪਾਰਕ ਕਰਨਾ। ਰਸਤੇ 'ਚ ਇੱਕ ਥਾਂ ਬੜੀ ਭੀੜ ਆਉਂਦੀ ਹੈ ਜਾਂ ਰਸਤੇ ਵਿੱਚ ਉਹ ਰਸਤਾ ਥੋੜ੍ਹਾ ਖਰਾਬ ਹੈ, ਉਹਦੇ ਤੋਂ ਸੁਚੇਤ। ਆਪਾਂ ਉਹਨੂੰ ਇਹ ਥੋੜ੍ਹੀ ਕਹਿੰਦੇ ਹਾਂ ਕਿ ਰਾਹ ਰੂਹ ਵੱਲ ਧਿਆਨ ਨਾ ਦਈਂ, ਸਿੱਧਾ ਹੀ ਤੁਰਿਆ ਚੱਲੀ। ਨਹੀਂ, ਉਹਨੇ ਮੰਜ਼ਿਲ ਤੱਕ ਪਹੁੰਚਣਾ ਹੈ ਅਤੇ ਰਸਤੇ 'ਤੇ ਤੁਰ ਕੇ ਹੀ ਪਹੁੰਚਣਾ ਹੈ ਨਾ, ਸਫ਼ਰ ਕਰਕੇ ਹੀ ਆਉਣਾ ਹੈ ਨਾ। ਉਹ ਸਫ਼ਰ ਵਿੱਚ ਰੁਕਾਵਟਾਂ ਨੇ, ਸਫ਼ਰ ਕਰਨਾ ਹੀ ਪੈਣਾ ਹੈ। ਪਰ ਸਫ਼ਰ ਦੀਆਂ ਮੁਸ਼ਕਲਾਂ ਤੋਂ ਉਹਨੂੰ ਸੁਚੇਤ ਵੀ ਕੀਤਾ, ਨਾਲ ਉਹਨੂੰ ਇਹ ਵੀ ਦੱਸਿਆ ਜਾਣਾ ਵੀ ਆਹ ਰਾਹ ਜਾਂਦਾ ਹੈ ਉਸ ਮੰਜ਼ਿਲ ਨੂੰ ਜਿੱਥੇ ਤੂੰ ਜਾਣਾ ਚਾਹੁੰਦਾ ਹੈ। ਧਿਆਨ ਮੰਜ਼ਿਲ ਵੱਲ ਰੱਖੀ ਵੀ ਤੂੰ ਉੱਥੇ ਪਹੁੰਚਣਾ ਟਾਈਮ ਨਾਲ। ਪਰ ਨਾਲ ਆਪਾਂ ਉਹਨੂੰ ਇਹ ਵੀ ਦੱਸਿਆ ਵੀ ਤੈਨੂੰ ਰਾਹ ਵੀ ਦੱਸ ਰਿਹਾ, ਪਰ ਨਾਲ ਇਹ ਵੀ ਦੱਸ ਰਿਹਾ ਵੀ ਉੱਥੇ ਰਸਤਾ ਖਰਾਬ ਵੀ ਹੈ, ਉੱਥੇ ਭੀੜ ਵੀ ਹੈ, ਉੱਥੇ ਹੋਰ ਵੀ ਕੋਈ ਮੁਸ਼ਕਲਾਂ ਨੇ, ਥੋੜ੍ਹਾ ਧਿਆਨ ਰੱਖਣਾ, ਸੁਚੇਤ ਰਹਿਣਾ। ਸੋ ਇਹ ਸਾਰਾ ਕੁਝ ਇੱਕ ਪ੍ਰੋਸੈਸ ਦਾ ਹਿੱਸਾ ਹੈ। ਵਿਚਾਰਦੇ ਹਾਂ ਭਗਤ ਜੀ ਮਹਾਰਾਜ ਇਹਨਾਂ ਸਲੋਕਾਂ ਵਿੱਚ ਕੀ ਉਪਦੇਸ਼ ਕਰਦੇ ਨੇ। ਪਹਿਲਾ ਸਲੋਕ ਹੈ ਔਰ 146 ਨੰਬਰ ਸਲੋਕ। ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਬਿਮਾਨ। ਕਹਿੰਦੇ ਨੇ ਰਸਤੇ ਵਿੱਚ ਰੋੜੇ ਵਾਂਗ, ਜਿਵੇਂ ਰਸਤੇ 'ਚ ਪੱਥਰ ਨਹੀਂ ਪਏ ਹੁੰਦੇ, ਨਿੱਕੇ ਮੋਟੇ ਪੱਥਰ ਪਏ ਹੋਏ ਨੇ ਰਸਤੇ ਵਿੱਚ, ਰੋੜੇ ਪਏ ਹੋਏ ਨੇ, ਇੱਟਾਂ ਵੱਟੇ ਪਏ ਹੋਏ ਨੇ, ਇਵੇਂ ਆਪਣਾ ਅਭਿਮਾਨ ਤਿਆਗ ਦੇ, ਇਵੇਂ ਆਪਣਾ ਗਰੂਰ ਛੱਡ ਦੇ। ਕਿਸੇ ਚੀਜ਼ ਦਾ ਗਰੂਰ ਨਾ ਕਰ, ਰਸਤੇ 'ਚ ਪਏ ਹੋਏ ਪੱਥਰ ਸਮਾਨ ਹੋ ਜਾ, ਜਿਵੇਂ ਉਹਨੂੰ ਕਿਸੇ ਚੋਰ ਦਾ ਖਤਰਾ ਨਹੀਂ ਹੁੰਦਾ, ਜਿਵੇਂ ਉਸਨੂੰ ਕਿਸੇ ਠੱਗ ਦਾ ਖਤਰਾ ਨਹੀਂ ਹੁੰਦਾ। ਉਹ ਆਉਣ ਜਾਣ ਵਾਲੇ ਰਾਹੀਆਂ ਦੇ ਪੈਰਾਂ ਵਿੱਚ ਰੁਲਦਾ ਹੈ। ਇਸ ਤਰ੍ਹਾਂ ਅਭਿਮਾਨ ਤਿਆਗ, ਗਰੂਰ ਛੱਡ, ਆਪਣੇ ਆਪ ਨੂੰ ਇਵੇਂ ਜਾਣ ਕਿ ਤੂੰ ਲੋਕਾਂ ਦੇ ਕਦਮਾਂ 'ਚ ਰੁਲਣ ਵਾਲਾ ਹੈ। ਆਪਣੀ ਜਾਤ ਦਾ ਗਰੂਰ ਨਾ ਕਰ, ਆਪਣੇ ਕਰਮ ਦਾ ਹੰਕਾਰ ਨਾ ਕਰ, ਆਪਣੀ ਤਾਕਤ ਆਪਣੇ ਰੁਤਬੇ ਨੂੰ ਵਡਿਆਉਣਾ ਛੱਡ ਦੇ, ਔਰ ਇਹਨਾਂ ਚੀਜ਼ਾਂ ਦੇ ਗਰੂਰ ਅਤੇ ਅਭਿਮਾਨ ਨੂੰ ਛੱਡ ਕੇ, ਤਿਆਗ ਕੇ ਇਵੇਂ ਜੀ ਵੀ ਤੂੰ ਲੋਕਾਂ ਦੇ ਕਦਮਾਂ 'ਚ ਰੁਲਣ ਵਾਲਾ, ਭਾਵ ਇੰਨੀ ਅਪਣੱਤ ਆਪਣੇ ਅੰਦਰ ਲੈ ਕੇ ਆ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦਾ ਭਾਵ ਦਿੱਤਾ ਹੈ, ਜਿਵੇਂ ਆਉਣ ਜਾਣ ਵਾਲੇ ਰਾਹੀ ਜਿਹੜੇ ਨੇ, ਨਿੱਕੇ ਨਿੱਕੇ ਪੱਥਰਾਂ ਨੂੰ ਕਈ ਵਾਰ ਬੱਚੇ ਠੁੱਡ ਮਾਰ ਕੇ ਰੇੜ ਦੇ ਅੱਗੇ ਲੈ ਜਾਂਦੇ ਨੇ,
ਅਕਸਰ ਬੱਚਿਆਂ ਦੀ ਖੇਡ ਕਈ ਵਾਰ ਹੋ ਜਾਂਦੀ ਹੈ। ਕਹਿੰਦੇ ਨੇ ਸਹਾਰਨਾ ਸਿੱਖ, ਉਸ ਰੋੜੇ ਵਾਂਗ ਸਹਾਰਨਾ ਸਿੱਖ, ਧੀਰਜ ਰੱਖ। ਲੋਕ ਤੇਰੇ ਨਾਲ ਹੋ ਸਕਦਾ, ਤੂੰ ਜਦੋਂ ਰੱਬ ਦੇ ਰਾਹ 'ਤੇ ਤੁਰੇ, ਨੇਕ ਅਮਲ ਕਰੇ, ਚੰਗਾ ਕਰਮ ਕਰੇ, ਅਤੇ ਵਧੀਕੀ ਕਰਨ ਵਾਲੇ ਵੀ ਦੁਨੀਆਂ ਵਿੱਚ ਹੀ ਹੁੰਦੇ ਨੇ, ਤੈਨੂੰ ਬਰਦਾਸ਼ਤ ਨਾ ਕਰਨ, ਪੂਰਾ ਟਿੱਲ ਲਾਉਣਗੇ ਵੀ ਤੂੰ ਆਪਣੇ ਰਾਹ ਤੋਂ ਹਟ ਜਾਏ। ਉਹਨਾਂ ਦਾ ਵਿਰੋਧ ਤੇਰੇ ਨਾਲ ਘੱਟ, ਤੇਰੇ ਰਸਤੇ ਨਾਲ ਜ਼ਿਆਦਾ ਹੋਏਗਾ। ਉਹਨਾਂ ਨੂੰ ਤੇਰੇ ਨਾਲ ਕੋਈ ਲਾਗਾ ਦੇਗਾ ਨਹੀਂ, ਉਹਨਾਂ ਨੂੰ ਸਮੱਸਿਆ ਤੇਰੇ ਕਰਮ ਨਾਲ ਹੈ ਅਤੇ ਉਸ ਰਾਹ ਦੇ ਉੱਤੇ ਤੁਰਨ ਨਾਲ ਹੈ। ਉਹ ਚਾਹੁਣਗੇ ਰਾਹ ਖਾਲੀ ਕਰ ਜਾਏ, ਪਾਸੇ ਹੋ ਜਾਏਗਾ ਅਤੇ ਉਹਨਾਂ ਦਾ ਮਿੱਤਰ ਹੈ, ਤੁਰਦਾ ਰਹੇਗਾ ਅਤੇ ਦੁਸ਼ਮਣ ਬਣਿਆ ਰਹੇਗਾ। ਹੋ ਸਕਦਾ ਉਹ ਤੇਰੀ ਨਿੰਦਾ ਕਰਨ, ਬਦਖੋਈ ਕਰਨ, ਤੈਨੂੰ ਮਾਨਸਿਕ ਤੌਰ ਦੇ ਉੱਤੇ ਡਰਾਉਣ ਦਾ, ਸਰੀਰਕ ਤੌਰ ਦੇ ਉੱਤੇ ਪਰੇਸ਼ਾਨ ਕਰਨ ਦਾ, ਅੜਚਣਾਂ ਖੜੀਆਂ ਕਰਨ ਦਾ, ਰੁਕਾਵਟਾਂ ਖੜੀਆਂ ਕਰਨ ਦਾ ਯਤਨ ਕਰਦੇ ਰਹਿਣ, ਪਰ ਤੈਨੂੰ ਇਹ ਸਹਾਰਨਾ ਪੈਣਾ। ਜੇ ਤੂੰ ਕਮਿਟਡ ਹੈ, ਜੇ ਤੂੰ ਸਮਰਪਿਤ ਹੈ ਆਪਣੇ ਮਾਰਗ ਦੇ ਉੱਤੇ, ਜਿੱਥੇ ਤੇਰੇ ਅੰਦਰ ਅਭਿਮਾਨ ਨਹੀਂ ਹੋਣਾ ਚਾਹੀਦਾ, ਉੱਥੇ ਧੀਰਜ ਵੀ ਹੋਣਾ ਚਾਹੀਦਾ, ਸਹਾਰਨ ਦਾ ਮਾਦਾ ਵੀ ਤੇਰੇ ਅੰਦਰ ਹੋਣਾ ਚਾਹੀਦਾ, ਬਰਦਾਸ਼ਤ ਕਰਨ ਦੀ ਤਾਕਤ ਵੀ ਆਪਣੇ ਅੰਦਰ ਰੱਖੀ। ਠੁੱਡੇ 'ਤੇ ਪੈਣਗੇ, ਧੱਕੇ ਪੈਣਗੇ, ਪਰ ਤੇਰਾ ਸਬਰ ਇੰਨਾ ਉੱਚਾ ਹੋਣਾ ਚਾਹੀਦਾ ਵੀ ਧੱਕੇ ਮਾਰਨ ਵਾਲੇ ਹੰਭ ਜਾਣ, ਥੱਕ ਜਾਣ, ਤੂੰ ਆਪਣੇ ਰਸਤੇ ਤੋਂ ਡੋਲੇ ਨਾ ਅਤੇ ਸਾਬਤ ਕਦਮ ਹੋ ਕੇ ਤੁਰਿਆ ਰਹਿ। ਦ੍ਰਿੜਤਾ ਨਾਲ ਤੂੰ ਆਪਣੇ ਮਾਰਗ ਪਾਂਧੀ ਬਣਿਆ ਰਹਿ। ਆਸੇ ਪਾਸੇ ਵੱਲੋਂ ਧਿਆਨ ਹਟਾ ਕੇ, ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੰਨੈ ਮੱਗ ਨਾ ਚੱਲੇ ਪੰਥ, ਉਹ ਆਸੇ ਪਾਸੇ ਦੇ ਹੋਰ ਰਸਤਿਆਂ ਵੱਲ ਗੌਰ ਨਹੀਂ ਕਰਦਾ, ਨਾ ਕਿਸੇ ਲਾਲਚ 'ਚ ਫਸਦਾ ਹੈ, ਨਾ ਕਿਸੇ ਡਰ ਜਾਂ ਭੈ ਹੇਠ ਆਉਂਦਾ, ਨਾ ਨਿੱਕੀਆਂ ਮੋਟੀਆਂ ਇਹ ਸਾਰੀਆਂ ਵਧੀਕੀਆਂ ਨੂੰ ਉਹ ਆਪਣੇ ਸੁਰਤ ਉੱਤੇ ਟਿਕਾਉਂਦਾ, ਇਹਨਾਂ ਨੂੰ ਸਹਿ ਕੇ ਉਹ ਅੱਗੇ ਤੁਰਦਾ। ਇਹਨੂੰ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ ਦੇਖ ਕੇ ਅਣਡਿੱਠ ਕੀਤਾ। ਕਈ ਵਾਰ ਖਿਆਲ ਆਉਂਦਾ ਨਾ ਆਪਣੇ ਮਨ 'ਚ ਵੀ ਜੇ ਦੇਖ ਕੇ ਅਣਡੇਠ ਹੀ ਕਰਨਾ ਹੈ ਤਾਂ ਫਿਰ ਸੰਘਰਸ਼ ਕਾਹਦਾ ਕਰਨਾ ਹੈ। ਨਹੀਂ, ਹਰ ਇੱਕ ਖਿਆਲ ਦਾ ਆਪਣਾ ਸੰਦਰਭ ਹੁੰਦਾ, ਇਹਨੂੰ ਪਹਿਲਾਂ ਤਾਂ ਇਹ ਸਮਝੀਏ। ਹਰ ਇੱਕ ਵਿਚਾਰ ਦਾ ਇੱਕ ਖੇਤਰ ਹੁੰਦਾ ਹੈ। ਹੁਣ ਆਪਾਂ ਕਹਾਂਗੇ ਜੀ ਧੰਨ ਗੁਰੂ ਅਰਜਨ ਸਾਹਿਬ ਨੇ ਦੇਖ ਕੇ ਅਣਡਿੱਠ ਕਰ ਲਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿਉਂ ਨਾ ਕੀਤਾ? ਨਹੀਂ, ਇਹੀ ਤਾਂ ਭੁਲੇਖਾ ਹੈ। ਅਸੀਂ ਮਹਾਰਾਜ ਦਾ ਏਮ ਨਹੀਂ ਵੇਖ ਰਹੇ, ਅਸੀਂ ਐਕਸ਼ਨ ਵੇਖ ਰਹੇ ਹਾਂ, ਅਸੀਂ ਐਕਸ਼ਨ ਵੇਖ ਰਹੇ, ਏਮ ਨਹੀਂ ਵੇਖ ਰਹੇ। ਜਦੋਂ ਸਾਡੀ ਸੁਰਤ ਮਹਾਰਾਜ ਦੇ ਮਕਸਦ ਅਤੇ ਏਮ ਉੱਤੇ ਟਿਕੇਗੀ ਨਾ, ਵੀ ਮਹਾਰਾਜ ਦਾ ਪਰਪਜ ਕੀ ਹੈ, ਤੱਤੀ ਤਵੀ 'ਤੇ ਬਹਿਣ ਦਾ ਪਰਪਜ ਕੀ ਹੈ, ਜੰਗ ਲੜਨ ਦਾ ਪਰਪਜ ਤਾਂ ਇੱਕੋ ਹੀ ਹੈ ਜੋ ਗੁਰੂ ਅਰਜਨ ਸਾਹਿਬ ਦਾ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਹੈ। ਅਸੀਂ ਐਕਸ਼ਨ ਵੇਖ ਰਹੇ, ਨਾ ਤਾਂ ਉਸ ਮਕਸਦ ਤੋਂ ਗੁਰੂ ਅਰਜਨ ਸਾਹਿਬ ਪਾਸੇ ਹਟੇ, ਭਾਵੇਂ ਸਰੀਰ ਕੁਰਬਾਨ ਕਰਨਾ ਪਿਆ, ਸ਼ਹਾਦਤ ਦਿੱਤੀ, ਅਤੇ ਨਾ ਹੀ ਗੁਰੂ ਹਰਗੋਬਿੰਦ ਸਾਹਿਬ ਉਸ ਮਕਸਦ ਤੋਂ ਪਾਸੇ ਹੋਏ, ਭਾਵੇਂ ਜੰਗ ਲੜਨੀ ਪਈ, ਕੁਰਬਾਨੀਆਂ ਦੇਣੀਆਂ ਪਈਆਂ, ਜਾਨ ਜੋਖਮ 'ਚ ਪਾਈ, ਸਾਰਾ ਕੁਝ ਝੱਲਿਆ। ਅਣਡਿੱਠ ਦਾ ਮਤਲਬ ਹੁੰਦਾ ਹੈ ਜਿਹੜੀਆਂ ਚੀਜ਼ਾਂ ਤੁਹਾਡੇ ਰਸਤੇ 'ਚ ਰੁਕਾਵਟ ਬਣਨੀਆਂ ਨੇ, ਤੁਸੀਂ ਉਹਨਾਂ 'ਚ ਉਲਝਣਾ ਨਹੀਂ, ਉਹਨਾਂ ਨੂੰ ਪਾਰ ਕਰਦੇ ਜਾਣਾ, ਪਾਰ ਉਹਨਾਂ ਨਾਲ ਸਿੱਝਦੇ ਵੀ ਜਾਣਾ ਅਤੇ ਪਾਰ ਵੀ ਕਰਦੇ ਜਾਣਾ।
ਆਸਾ ਪਾਸਾ ਵੇਖ ਕੇ ਅਣਡਿੱਟ ਕਰ ਦੇਣਾ, ਤੁਹਾਡਾ ਧਿਆਨ ਬਿਲਕੁਲ ਆਪਣੀ ਮੰਜ਼ਿਲ ਉੱਤੇ ਰਹੇ, ਤੁਸੀਂ ਉੱਥੋਂ ਤੱਕ ਪਹੁੰਚਣਾ। ਤੁਸੀਂ ਆਪਣੇ ਅਸੂਲ ਨੂੰ ਨਹੀਂ ਛੱਡਣਾ, ਭਾਵੇਂ ਤੱਤੀ ਤਵੀ 'ਤੇ ਬਹਿਣਾ ਪੈ ਜਾਵੇ ਅਤੇ ਭਾਵੇਂ ਤਲਵਾਰ ਚੁੱਕਣੀ ਪੈ ਜਾਵੇ, ਅਸੂਲ ਨੂੰ ਪ੍ਰਿਓਰਿਟੀ ਹੈ, ਐਕਸ਼ਨ 'ਤੇ ਅਸੂਲ ਵਾਸਤੇ ਹੋਣਾ ਹੈ। ਜਿੰਨਾ ਵੀ ਐਕਸ਼ਨ ਹੋਣਾ ਹੈ ਉਹ ਅਸੂਲ ਵਾਸਤੇ ਹੋਣਾ ਹੈ। ਕਿਤੇ ਵਧੀਕੀ ਸਹਿਣੀ ਵੀ ਪੈ ਸਕਦੀ ਹੈ, ਕਿਤੇ ਜਦੋਂ ਲੱਗਿਆ ਵੀ ਵਧੀਕੀ ਇੱਕ ਲਿਮਿਟ ਤੋਂ ਵੱਧ ਗਈ ਹੈ ਲੜਨਾ ਵੀ ਪੈ ਸਕਦਾ, ਪਰ ਅਸੂਲ ਗਵਾ ਕੇ ਨਹੀਂ ਚੇਤੇ ਰੱਖਣਾ। ਲੜਦਿਆਂ ਵੀ ਅਸੂਲ, ਸਹਿੰਦਿਆਂ ਵੀ ਅਸੂਲ। ਇਸੇ ਖਿਆਲ ਨੂੰ ਤਾਂ ਆਪਾਂ ਸਮਝਣਾ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਂ ਹੀ ਮਿਲਿਆ ਭਗਵਾਨ, ਉਹ ਰੱਬ ਨੂੰ ਮਿਲ ਲਏਗਾ, ਪਰਮੇਸ਼ੁਰ ਉਧੇਰ ਦੇ ਚੋਂ ਸਾਖਿਆਤ ਹੋ ਜਾਏਗਾ, ਉਹ ਆਪਣੇ ਅਸਤਿਤਵ ਮੂਲ ਨੂੰ ਪਾ ਲਏਗਾ ਆਪਣੇ ਹਿਰਦੇ ਵਿੱਚੋਂ, ਜਿਹੜਾ ਅਭਿਮਾਨ ਛੱਡ ਕੇ ਧੀਰਜ ਨਾਲ ਚੱਲੇਗਾ, ਜਿਹੜਾ ਵਧੀਕੀ ਨੂੰ ਵੀ ਬਰਦਾਸ਼ਤ ਕਰਨ ਦਾ ਮਾਦਾ ਰੱਖੇਗਾ, ਕਲਪਨਾ ਤਿਆਗਦਾ ਹੈਗਾ ਅੰਦਰ। ਚੇਤੇ ਰੱਖਣਾ, ਜਦੋਂ ਅਸੀਂ ਵਧੀਕੀ ਸਾਰਨ ਦੀ ਤਾਕਤ ਗਵਾ ਲੈਂਦੇ ਹਾਂ ਨਾ, ਪਹਿਲੀ ਗੱਲ ਸਾਡੇ ਅੰਦਰ ਰੋਸਾ ਆਉਂਦਾ ਜਿਹੜਾ ਸਾਨੂੰ ਡਿਸਟਰਬ ਰੱਖਦਾ, ਦੂਜਾ ਸਾਡੇ ਅੰਦਰ ਉਲਾਂਭਾ ਆਉਂਦਾ। ਰੋਸ ਆਇਆ, ਮਨ ਰੋਸ ਨਾਲ ਭਰ ਗਿਆ, ਬੰਦਾ ਬੇਚੈਨ ਹੋ ਗਿਆ, ਫਿਰ ਉਹਨੇ ਸੰਬੰਧਿਤ ਧਿਰਾਂ ਨੂੰ ਉਲਾਂਭੇ ਦੇਣੇ ਸ਼ੁਰੂ ਕੀਤੇ। ਪਹਿਲਾ ਉਲਾਂਭਾ ਉਹਨਾਂ ਨੂੰ ਦਿੱਤਾ ਜਿਹਨਾਂ ਵਧੀਕੀ ਕੀਤੀ ਹੈ, ਦੂਜਾ ਆਸੇ ਪਾਸੇ ਵਾਲਿਆਂ ਨੂੰ ਦਿੱਤਾ ਵੀ ਤੁਸੀਂ ਮੇਰੇ ਨਾਲ ਕਿਉਂ ਨਹੀਂ ਖਲੋਤੇ, ਜਦੋਂ ਕਿ ਰਾਹ ਤਾਂ ਮੈਂ ਲਿਆ ਆਪਣੀ ਮਰਜ਼ੀ ਨਾਲ। ਫਿਰ ਬੰਦਾ ਉਲਾਂਭੇ ਦਿੰਦਾ ਦਿੰਦਾ ਉਲਾਂਭੇ ਦੇ ਆਪਣੇ ਆਪ ਨੂੰ ਨਿਤਾਣਾ ਬਣਾ ਲੈਂਦਾ। ਜਦੋਂ ਤੁਸੀਂ ਆਪਣੇ ਆਪ ਨੂੰ ਨਿਤਾਣੇ ਬਣਾ ਲਿਆ, ਤੁਹਾਡੇ ਅਹਿਸਾਸ ਨੀਵੇਂ ਹੋ ਜਾਣੇ ਨੇ, ਤੁਹਾਡੀ ਫੀਲਿੰਗ ਨੀਵੀਂ ਹੋ ਜਾਣੀ ਹੈ, ਤੁਹਾਡਾ ਸਵੈ ਮਾਣ ਖਤਮ ਹੋ ਜਾਣਾ ਹੈ, ਤੁਸੀਂ ਅੰਦਰੋਂ ਕਮਜ਼ੋਰ ਹੋ ਜਾਣਾ ਹੈ, ਫਿਰ ਤੁਹਾਨੂੰ ਢਾਉਣਾ ਬੜਾ ਸੌਖਾ ਹੈ, ਫਿਰ ਸੁੱਟਣਾ ਤੁਹਾਨੂੰ ਬਹੁਤ ਈਜ਼ੀ ਹੈ। ਜਦੋਂ ਅਗਲੇ ਨੂੰ ਖਬਰ ਹੋ ਗਈ ਨਾ ਵੀ ਇਹ ਰੋਸ ਵਿੱਚ ਹੈ, ਉਲਾਂਭੇ ਦਿੰਦਾ ਫਿਰਦਾ ਹੈ, ਅੰਦਰੋਂ ਡੋਲਿਆ ਹੋਇਆ ਹੈ, ਬਸ ਤੁਹਾਨੂੰ ਮਾੜੇ ਜਿਹੇ ਧੱਕੇ ਦੀ ਲੋੜ ਹੈ, ਤੁਸੀਂ ਮੂੰਹ ਭਰ ਜਾ ਪਾਓਗੇ, ਉਹਦਾ ਮਕਸਦ ਪੂਰਾ ਹੋ ਗਿਆ। ਡਿਸਟਰਬ ਕਰਨਾ ਹੀ ਤਾਂ ਉਹਦਾ ਮਕਸਦ ਹੈ, ਤੁਸੀਂ ਹੋ ਗਏ, ਤੁਸੀਂ ਨਹੀਂ ਜਿੱਤੇ, ਉਹ ਜਿੱਤ ਗਿਆ। ਗੁਰੂ ਨਾਨਕ ਪਾਤਸ਼ਾਹ ਨੂੰ ਦੁਨੀਆ ਨੇ ਭੂਤਨਾ ਬੇਤਾਲਾ ਕੁਰਾਈਆ ਕਿਹਾ, ਮਹਾਰਾਜ ਨੂੰ ਕਿਹੜੀ ਘਾਟ ਸੀ ਕਿਸੇ ਚੀਜ਼ ਦੀ, ਨਾ ਬਰਦਾਸ਼ਤ ਕਰਦੇ ਘਰੇ ਬਹਿ ਜਾਂਦੇ। ਅਗਲਿਆਂ ਨੇ ਇਹ ਕੁਝ ਕਿਹਾ ਤੇ ਇਸੇ ਕਰਕੇ ਤੇ ਕਿਹਾ, ਉਹ ਤਾਂ ਚਾਹੁੰਦੇ ਨੇ ਹਜ਼ੂਰ ਮਹਾਰਾਜ ਕੋਈ ਕਦਮ ਨਾ ਪੁੱਟਣ, ਚੁੱਪ ਕਰਕੇ ਆਪਣੇ ਘਰ ਬਹਿ ਜਾਣ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਗੋਇੰਦਵਾਲ ਨਗਰ ਵਸਾਉਣਾ ਸ਼ੁਰੂ ਕੀਤਾ, ਸਵੇਰੇ ਕੰਧਾਂ ਬਣਾਉਣੀਆਂ ਅਤੇ ਰਾਤ ਨੂੰ ਆ ਕੇ ਵਿਰੋਧੀਆਂ ਨੇ ਢਾਹ ਜਾਣੀ। ਮਹਾਰਾਜ ਨੇ ਫਿਰ ਉਸਾਰੀ, ਉਹਨਾਂ ਆਖਿਆ ਜਿੰਨਾ ਜ਼ੋਰ ਸਾਡਾ ਬਣਾਉਣ 'ਤੇ ਲੱਗਦਾ ਇਹਨਾਂ ਦਾ ਭਾਵੇਂ ਘੱਟ ਲੱਗਦਾ, ਪਰ ਵਿਚਾਰੇ ਰਾਤ ਜਾਗਦੇ ਤਾਂ ਜ਼ਰੂਰ ਨੇ ਨਾ, ਦੇਖਦੇ ਹਾਂ। ਢਾਉਣ ਵਾਲੇ ਜਿੱਤਦੇ ਨੇ ਕਿ ਬਣਾਉਣ ਵਾਲੇ ਜਿੱਤਦੇ ਨੇ, ਬਣ ਗਿਆ ਜੀ। ਅੱਜ ਤੱਕ ਉਸ ਨਗਰ ਦਾ ਨਿਸ਼ਾਨ ਹੈ, ਢਾਉਣ ਵਾਲੇ ਨਹੀਂ ਰਹੇ, ਬਣਾਉਣ ਵਾਲਿਆਂ ਦਾ ਨਾਂ ਚਮਕਦਾ, ਪਰ ਬਰਦਾਸ਼ਤ ਕਰਨਾ ਪੈਂਦਾ।
ਧੀਰਜ ਰੱਖਣਾ ਪੈਂਦਾ, ਜਰ ਕੇ ਤੁਰਨਾ ਪੈਂਦਾ। ਇਹ ਗੱਲ ਨੂੰ ਪਹਿਲਾਂ ਹੀ ਤਸਲੀਮ ਕੀਤਾ ਜਾਂਦਾ ਵੀ ਮੈਂ ਤਾਂ ਤੁਰਿਆ ਹੀ ਸੰਘਰਸ਼ ਲੜ ਲਈ ਹਾਂ, ਮੈਂ ਤਾਂ ਬੇਚੈਨੀ ਨੂੰ ਜੀਵਨ ਦਾ ਹਿੱਸਾ ਬਣਾ ਕੇ ਤੁਰ, ਮੈਂ ਤਾਂ ਇਸ ਚੀਜ਼ ਨੂੰ ਸਟਰਗਲ ਨੂੰ ਜੀਵਨ ਦਾ ਅੰਗ ਬਣਾਇਆ। ਸਮੱਸਿਆ ਤਾਂ ਤੈਨੂੰ ਆਉਣੀ ਹੈ, ਮੈਨੂੰ ਨਹੀਂ ਆਉਣੀ। ਰਾਤਾਂ ਤੂੰ ਜਾਗੇਗਾ, ਮੈਨੂੰ ਪਰੇਸ਼ਾਨ ਕਰਨ ਦੀਆਂ ਵਿਉਂਤਾਂ ਬਣਾਏਗਾ, ਸਕੀਮਾਂ ਲਾਏਗਾ, ਕਈ ਪ੍ਰਾਪੇ ਗੰਢੇ ਕਰੇਗਾ। ਸਮੱਸਿਆ ਤਾਂ ਤੇਰੇ ਲਈ, ਮੈਂ ਤਾਂ ਸਹਿਣ ਲਈ ਤਿਆਰ ਹਾਂ, ਤੂੰ ਇੰਨਾ ਕੁਝ ਕਰ ਲਏਗਾ। ਫਿਰ ਉਮਰ ਭਰ ਦੀ ਬਦਨਾਮੀ ਵੀ ਤੇਰੇ ਪੱਲੇ ਪੈਣੀ, ਮੇਰੇ ਨਹੀਂ ਪੈਣੀ। ਇਤਿਹਾਸ ਨੇ ਤੈਨੂੰ ਮੁਆਫ ਨਹੀਂ ਕਰਨਾ, ਇਸ ਲਈ ਤੂੰ ਰੈਡੀ ਹੋ, ਮੈਂ ਤਾਂ ਤਿਆਰ ਹਾਂ। ਤਵੀ ਤਪਾਉਣ ਵਾਲਿਆਂ ਨੇ ਅੱਗ ਬਾਲੀ, ਮਹਾਰਾਜ ਬਿਰਾਜ ਗਿਆ, ਕਿਹਾ ਠੀਕ ਹੈ, ਮੈਨੂੰ ਕੋਈ ਸਮੱਸਿਆ ਨਹੀਂ ਆਉਣੀ, ਮੇਰੀ ਤਾਂ ਦੇਹੀ ਬਿਨਸਣੀ ਹੈ, ਕੋਈ ਗੱਲ ਨਹੀਂ, ਮੈਂ ਤਾਂ ਸਹਿਣ ਲਈ ਤਿਆਰ ਹਾਂ ਅੱਗ। ਤੁਸੀਂ ਬਾਲਣ ਲਈ ਤਿਆਰ ਹੋ ਅਤੇ ਮੈਂ ਸਹਿਣ ਲਈ ਤਿਆਰ ਹਾਂ, ਪਰ ਸਦੀਆਂ ਦੇ ਕਲੰਕ ਤੁਹਾਡੇ ਮੱਥੇ 'ਤੇ ਲੱਗਣੇ ਨੇ, ਇਹ ਤੁਹਾਨੂੰ ਸਹਿਣੇ ਪੈਣਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲਿਆ ਭਗਵਾਨ। ਅਤੇ ਨਾਲ ਅਗਲਾ ਬਚਨ ਕਿਹਾ, ਕਬੀਰ ਰੋੜਾ ਹੋਆ ਤਾਂ ਕਿਆ ਪਾਇਆ, ਪੰਥੀ ਕਹੋ ਦੁੱਖ ਦੇ। ਪਰ ਕਹਿੰਦੇ ਨੇ ਅਭਿਮਾਨ ਛੱਡ ਕੇ ਧੀਰਜ ਅਤੇ ਬਰਦਾਸ਼ਤ ਕਰਦਿਆਂ ਹੋਇਆਂ ਇੱਕ ਅੜਚਣ ਆ ਸਕਦੀ ਹੈ, ਉਹ ਕੀ? ਬੰਦੇ ਵਿੱਚ ਜਿਉਂ ਜਿਉਂ ਜਰਦਾ ਜਾਂਦਾ ਹੈ, ਕਿਤੇ ਉਹਦੇ ਅੰਦਰ ਇਹ ਜਰਨ ਦੀ ਤਾਕਤ ਕਾਇਰਤਾ ਨਾ ਬਣ ਜਾਏ, ਉਹਨੂੰ ਕਾਇਰਤਾ ਨਹੀਂ ਬਣ ਦੇਣਾ, ਸਵੈਮਾਣ ਬਹਾਲ ਰੱਖਣਾ। ਜੇ ਸਵੈਮਾਣ ਨਾ ਰਿਹਾ ਤਾਂ ਤੂੰ ਬਾਕੀ ਦੇ ਜਿਹੜੇ ਇਸ ਧਰਮ ਦੇ ਮਾਰਗ 'ਤੇ ਚੱਲਣ ਵਾਲੇ ਲੋਕ ਨੇ ਨਾ, ਉਹਨਾਂ ਦੇ ਲਈ ਇੱਕ ਬੈਡ ਐਗਜ਼ੈਂਪਲ ਬਣ ਜਾਏਗਾ। ਲੋਕ ਟੱਕਰਾਂ ਮਾਰਨਗੇ, ਧੱਕਾ ਕਰਨਗੇ, ਤੂੰ ਸਹੀ ਧੀਰਜ ਰੱਖੀ, ਹੌਂਸਲਾ ਰੱਖੀ, ਬਰਦਾਸ਼ਤ ਕਰੀ, ਪਰ ਸਵੈਮਾਣ ਨਾਲ ਕਰੀ, ਸਵੈਮਾਣ ਨਾਲ। ਇਹਦੇ ਨਾਲ ਤੇਰਾ ਸਵੈਮਾਣ ਡਿਵੈਲਪ ਹੋਵੇ, ਅੰਦਰੋਂ ਟੁੱਟ ਨਾ ਜਾਈ ਵੀ ਧੱਕੇ ਸਹਿੰਦਿਆਂ ਸਹਿੰਦਿਆਂ ਤੂੰ ਅੰਦਰੋਂ ਬੇਗੈਰਤੀ ਦਾ ਸ਼ਿਕਾਰ ਹੋ ਜਾਏ, ਕਾਇਰਤਾ ਦਾ ਸ਼ਿਕਾਰ ਹੋ ਜਾਏ, ਅੰਦਰ ਦੀ ਕਮਜ਼ੋਰੀ ਤੈਨੂੰ ਦਬੋਚ ਲੈ। ਤੂੰ ਸਹਿਣਾ ਪਰ ਚਾਅ ਨਾਲ ਸਹਿਣਾ, ਮਜਬੂਰੀ 'ਚ ਨਹੀਂ ਸਹਿਣਾ। ਜੇ ਤੂੰ ਮਜਬੂਰੀ 'ਚ ਧੱਕੇ ਸਹਿਣੇ ਨੇ ਫਿਰ ਨਾ ਤੋਰ ਇਸ ਰਸਤੇ 'ਤੇ, ਵੀ ਤੈਨੂੰ ਸਹਿ ਵੀ ਲਵੇਂ ਅਤੇ ਘੁੱਟ ਘੁੱਟ ਕੇ ਰੋਈ ਵੀ ਜਾਏ ਅਤੇ ਅੰਦਰੇ ਅੰਦਰ ਝੁਰਦਾ ਵੀ ਰਵੇਂ, ਇਸ ਤਰ੍ਹਾਂ ਨਾ ਕਰੀ, ਖੁਸ਼ੀ ਨਾਲ ਸਹੀ, ਚਾਅ ਨਾਲ, ਇਹਨੂੰ ਜੀਵਨ ਦਾ ਹਿੱਸਾ ਮੰਨ ਕੇ। ਯਥਾ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਜਿਵੇਂ ਕਿਹਾ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਇਹ ਵੀ ਕਿਹਾ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ। ਮੈਂ ਤਾਂ ਅੱਗ ਲਾ ਕੇ ਨਾ ਵਡਿਆਈ ਲਈ ਅਤੇ ਨਾ ਨਿੰਦਾ, ਮੈਂ ਦੋਵੇਂ ਚੀਜ਼ਾਂ ਹੀ ਨਹੀਂ ਲੈਂਦਾ। ਜਿਵੇਂ ਲੋਕਾਂ ਦੀ ਵਡਿਆਈ ਲਵਾਂਗਾ ਅਤੇ ਨਿੰਦਾ ਵੀ ਲੈਣੀ ਪੈਣੀ ਹੈ, ਮੈਂ ਲੈਂਦਾ ਹੀ ਨਹੀਂ। ਨਾ ਵਡਿਆਈ ਦੀ ਭੁੱਖ ਰੱਖਦਾ, ਨਾ ਨਿੰਦਾ ਦਾ ਅਸਰ ਕਬੂਲਦਾ। ਆਪਣੀ ਸਮੱਸਿਆ ਹੈ ਵੀ ਆਪਾਂ ਜੇ ਚਾਹੁੰਦੇ ਦੁਨੀਆ ਵਡਿਆਈ ਕਰੇ, ਜਦੋਂ ਨਿੰਦਾ ਹੁੰਦੀ ਹੈ ਤਾਂ ਉਹ ਕੌਣ ਲਵੇ, ਉਹਦਾ ਪ੍ਰਭਾਵ ਕੌਣ ਸਹਿਣ ਕਰਿਓ, ਵੀ ਸਾਨੂੰ ਸਹਿਣ ਕਰਨਾ ਪੈਣਾ। ਇਸ ਕਰਕੇ ਕੋਈ ਵਡਿਆਈ ਕਰਦਾ ਉਹਨੂੰ ਰੁੱਖਾਪਨ ਜਾਣੋ, ਦਿਲ 'ਤੇ ਨਾ ਲਓ ਵੀ ਜੇ ਕਿਸੇ ਮਹਾਨ ਕਹਿ ਦਿੱਤਾ ਮੈਂ ਸੱਚਮੁੱਚ ਹੀ ਖੌਰੇ ਮਹਾਨ ਹਾਂ ਤਾਂ ਕਹਿੰਦਾ, ਇਹ ਹਵਾਈ ਗੱਲਾਂ ਹੁੰਦੀਆਂ ਨੇ, ਮੂੰਹ 'ਤੇ ਹਰ ਕੋਈ ਕਹਿ ਜਾਂਦਾ। ਅਤੇ ਨਾਲ ਇਹ ਵੀ ਸੋਚੋ ਵੀ ਜੇ ਇਸੇ ਹੀ ਬੰਦੇ ਦੀ ਰਸਨਾ ਤੋਂ ਕੱਲ੍ਹ ਨੂੰ ਮੇਰੀ ਬਦਖੋਈ ਹੋ ਗਈ ਤਾਂ ਉਹ ਵੀ ਸਹਿਣੀ ਪੈਣੀ ਹੈ।
ਤਿਆਰ ਰਹੋ। ਸੰਸਾਰ ਇਸੇ ਦਾ ਨਾਉਂ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਰੂੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲਿਆ ਭਗਵਾਨ, ਰੂੜਾ ਹੁਆ ਤਾਂ ਕਿਆ ਪਾਇਆ। ਪੰਥੀ ਕੋ ਦੁੱਖ ਦੇ, ਪਰ ਰੂੜਾ ਹੁੰਦਿਆਂ ਧੀਰਜ ਨਾਲ ਵਿਚਰਦਿਆਂ, ਬਰਦਾਸ਼ਤ ਕਰਦਿਆਂ, ਵਧੀਕੀ ਸਹਿੰਦਿਆਂ, ਜੇ ਤੂੰ ਕਾਇਰਤਾ ਬਣ ਗਿਓ ਤਾਂ ਤੂੰ ਬਾਕੀ ਪਾਂਧੀਆਂ ਦੇ ਰਸਤੇ ਦਾ, ਜਿਹੜੇ ਧਰਮ ਮਾਰਗ 'ਤੇ ਜਿਨ੍ਹਾਂ ਨੇ ਤੇਰੇ ਵੱਲ ਵੇਖ ਕੇ ਤੁਰਨਾ ਹੈ, ਉਹਨਾਂ ਦੇ ਲਈ ਤੂੰ ਰੁਕਾਵਟ ਬਣ ਸਕਦਾ, ਦੁੱਖ ਦਾ ਸਬੱਬ ਬਣ ਸਕਦਾ। ਉਹ ਜਦੋਂ ਤੇਰੀ ਜ਼ਿੰਦਗੀ ਨੂੰ ਵੇਖਣਗੇ ਵੀ ਬਾਹਰੋਂ ਤਾਂ ਖੁਸ਼ ਸੀ, ਅੰਦਰੋਂ ਝੁਰਦਾ ਸੀ, ਗੈਰਤ ਗਵਾ ਲਈ, ਕਾਇਰਤਾ 'ਚ ਆ ਗਿਆ, ਤੂੰ ਰੁਕਾਵਟ ਬਣੇਗਾ ਉਹਨਾਂ ਦਾ, ਦੁੱਖ ਦਾ ਸਬੱਬ ਬਣੇਗਾ, ਫਿਰ ਕੀ ਹੋਣਾ ਚਾਹੀਦਾ। ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਧਰਨੀ ਧਰਤੀ ਨੂੰ ਕਹਿੰਦੇ ਨੇ, ਖੇ ਮਿੱਟੀ ਨੂੰ ਕਹਿੰਦੇ ਨੇ, ਜਿਵੇਂ ਮਿੱਟੀ ਕਦਮਾਂ ਦੇ ਹੇਠ ਹੈ। ਖਾਕ ਸਾਰ ਹੋਣਾ, ਜਿਹਨੂੰ ਕਿਹਾ ਗਿਆ ਨਿਮਰਤਾ ਵਿੱਚ ਆਉਣਾ, ਨਿਰਮਾਣਤਾ ਵਿੱਚ ਆਉਣਾ, ਬਿਲਕੁਲ ਸਮਰਪਣ ਭਾਵ ਦੇ ਨਾਲ। ਬਾਬਾ ਫਰੀਦ ਸਾਹਿਬ ਇਸ ਪ੍ਰਥਾਇਕ ਵਾਕ ਕਹਿੰਦੇ ਨੇ ਆਪਣੇ ਸਲੋਕਾਂ ਵਿੱਚ, ਉਹ ਅੰਕਿਤ ਕਰਦੇ ਨੇ, ਕਹਿੰਦੇ ਨੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਤਲੇ, ਮੋਇਆਂ ਉੱਪਰ ਹੋਏ। ਉਹ ਕਹਿੰਦੇ ਨੇ ਜਿਉਂਦਿਆਂ ਪੈਰਾਂ ਦੇ ਹੇਠ ਮਿੱਟੀ ਲਤਾੜੀ ਦੀ ਹੈ, ਮਰ ਜਾਈਦਾ ਹੈ, ਬੰਦਾ ਕਬਰ 'ਚ ਜਾਂਦਾ ਹੈ, ਮਿੱਟੀ ਪੜਦੇ ਕੱਜ ਲੈਂਦੀ ਹੈ। ਪਰ ਇਹਦਾ ਅੰਤਰੀਵ ਭਾਵ ਪਤਾ ਕੀ ਇਸ ਸਲੋਕ ਦਾ, ਵੀ ਨਿਰਮਾਣਤਾ ਹੋਵੇ ਨਾ ਕਿਸੇ ਮਨੁੱਖ ਦੇ ਅੰਦਰ, ਮਾਣ ਕਰਨ ਯੋਗੀਆਂ ਉਹਦੇ ਕੋਲ ਚੀਜ਼ਾਂ ਵੀ ਨੇ, ਫਿਰ ਵੀ ਉਹ ਮਾਣ ਨਹੀਂ ਕਰਦਾ, ਗਰੂਰ ਨਹੀਂ ਕਰਦਾ, ਵਿਖਾਵੇ ਨਹੀਂ ਕਰਦਾ, ਅਤੇ ਉਹਨੂੰ ਬੁਰਾ ਭਲਾ ਨਾ ਕਹੀ, ਉਹਦੇ ਵਰਗਾ ਮਾਣ ਬੰਦਾ ਕੋਈ ਨਹੀਂ, ਜਿਹਦੇ ਕੋਲ ਗਰੂਰ ਕਰਨ ਦਾ ਸਮਾਨ ਵੀ ਮੌਜੂਦ ਸੀ, ਮਾਣ ਵੀ ਕਰਨ ਯੋਗਾ ਸੀ, ਛਾਤੀ ਠੋਕ ਕੇ ਦੁਨੀਆ ਸਾਹਮਣੇ ਖਲੋ ਵੀ ਸਕਦਾ ਸੀ, ਪਰ ਉਹਨੇ ਨਿਰਮਾਣਤਾ ਨੂੰ ਤਰਜੀਹ ਦਿੱਤੀ, ਮਾਣ ਨਹੀਂ ਕੀਤਾ ਇਹਨਾਂ ਝੂਠੀਆਂ ਚੀਜ਼ਾਂ ਦਾ। ਅਤੇ ਆਪਾਂ ਉਹਨੂੰ ਕਹਿ ਦਿੰਦੇ, ਲੈ ਇੰਨਾ ਕੁਝ ਮੇਰੇ ਕੋਲ ਹੁੰਦਾ ਨਾ, ਮੈਂ ਦੁਨੀਆ ਨੂੰ ਵਕਤ ਪਾ ਦਿੰਦਾ, ਤੇਰੇ ਤਾਂ ਪੱਲੇ ਹੀ ਕੱਖ ਨਹੀਂ, ਏਡੀ ਵੱਡੀ ਤਾਕਤ ਹੈ ਤੇਰੇ ਕੋਲ, ਇੰਨਾ ਪੈਸਾ ਹੈ ਤੇਰੇ ਕੋਲ, ਫਿਰ ਵੀ ਤੂੰ ਐਂ ਸਿਰ ਸੁੱਟ ਕੇ ਜੀਣਾ। ਆਪਾਂ ਕਈ ਵਾਰ ਉਹਨੂੰ ਮਿਹਣਾ ਮਾਰਨਾ, ਜੇ ਉਹਦੇ ਕੋਲ ਗਰੂਰ ਨਹੀਂ ਨਾ ਕੋਲ ਹੋਈ ਚੀਜ਼ ਦਾ, ਅਤੇ ਇਹ ਉਹਦਾ ਪੋਜ਼ਿਟਿਵ ਪਹਿਲੂ ਹੈ, ਨੈਗੇਟਿਵ ਨਹੀਂ। ਤੈਨੂੰ ਨੈਗੇਟਿਵ ਲੱਗਦਾ ਕਿਉਂਕਿ ਤੂੰ ਹੰਕਾਰ ਨਾਲ ਪਹਿਲਾਂ ਹੀ ਭਰਿਆ, ਤੂੰ ਚਾਹੁੰਦਾ ਵੀ ਬਰੂਦ ਤਾਂ ਮੇਰੇ ਕੋਲ ਹੈ, ਬਸ ਚੀਜ਼ਾਂ ਮਿਲ ਜਾਣ ਅਤੇ ਪਲੀਤੇ ਨੂੰ ਅੱਗ ਲੱਗ ਜਾਏ, ਤਬਾਹੀ ਮੈਂ ਮਚਾ ਦਿਆਂਗਾ। ਆਮ ਬੰਦਾ ਇਸ ਤਰ੍ਹਾਂ ਹੀ ਸੋਚਦਾ ਹੈ ਨਾ, ਕਿਤੇ ਮੇਰੇ ਹੱਥ ਤਾਕਤ ਆ ਜਾਏ ਨਾ ਫਿਰ ਵੇਖਿਓ। ਸ਼ੁਕਰ ਹੈ ਨਹੀਂ ਆ ਰਹੀ, ਜਿਹੜੇ ਤੂੰ ਦਾਅਵੇ ਕਰਦਾ ਤੂੰ ਤਾਂ ਸਮੱਸਿਆ ਖੜੀ ਕਰੇਗਾ, ਹੈ ਕੁਝ ਨਹੀਂ ਤਾਂ ਏਡੀਆਂ ਗੱਲਾਂ ਕਰਦਾ, ਕੋਲ ਕੁਝ ਹੋਇਆ ਤਾਂ ਤੂੰ ਕਰੇਗਾ ਕੀ। ਇਸ ਕਰਕੇ ਸ਼ੁਕਰ ਹੈ ਤੇਰੇ ਕੋਲ ਨਹੀਂ ਹੈ, ਪਰ ਸ਼ੁਕਰ ਹੋਵੇ ਨਾ ਆਵੇ, ਇੰਨਾ ਹੰਕਾਰੀ ਤੂੰ ਹੁਣੇ ਹੀ ਹੈ ਅਤੇ ਬਾਅਦ 'ਚ ਕੀ ਬਣੇਗਾ ਤੇਰਾ। ਆਪਾਂ ਤਕਰੀਬਨ ਸਾਰੇ ਇਸ ਤਰ੍ਹਾਂ ਕਈ ਵਾਰ ਸੋਚਦੇ, ਮੇਰੇ ਕੋਲ ਆਹ ਗੱਲ ਹੁੰਦੀ ਨਾ ਤਾਂ ਫਿਰ ਮੈਂ ਦੱਸਦਾ। ਸੋ ਨਹੀਂ ਹੈ ਭਲੀ ਗੱਲ ਹੈ, ਅਸੀਂ ਸਾਂਭਣ ਦੇ ਯੋਗ ਨਹੀਂ ਹਾਂ, ਸਾਂਭਣ ਲਈ ਕਮਾਉਣਾ ਪੈਂਦਾ। ਅਸੀਂ ਚਾਹੁੰਦੇ ਗਿਫਟ ਮਿਲ ਜਾਏ, ਮੈਂ ਤਾਂ ਤਿਆਰ ਹਾਂ, ਫਿਰ ਤੁਸੀਂ ਵੇਖਿਓ ਮੈਨੂੰ ਮੈਂ ਕੀ ਕੁਝ ਕਰ ਸਕਦਾ।
ਜਿਹੜਾ ਬੰਦਾ ਇਸ ਭਾਵ ਵਿੱਚ ਜੀਂਦਾ ਉਹ ਤਾਕਤ ਨੂੰ ਡਿਜ਼ਰਵ ਨਹੀਂ ਕਰਦਾ। ਜੇ ਉਹਨੂੰ ਮਿਲ ਵੀ ਜਾਏ ਤਾਕਤ ਤਾਂ ਸਮੱਸਿਆ ਖੜੀ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਨਿਰਮਾਣਤਾ ਵਾਲੇ ਨੂੰ ਕਦੇ ਵੀ ਉਲਾਂਭਾ ਸ਼ਿਕਵਾ ਨਾ ਦੇਈਏ, ਮਾੜਾ ਨਾ ਕਹੀਏ, ਉਹਦੇ ਵਰਗਾ ਕੋਈ ਨਹੀਂ। ਜਿੰਨਾ ਚਿਰ ਤੁਸੀਂ ਹੰਕਾਰ 'ਚ ਜੀਂਦੇ ਹੋ ਨਾ, ਤੁਹਾਨੂੰ ਲੱਗਦਾ ਇਹ ਤਾਂ ਕਮਜ਼ੋਰ ਹੈ ਬੰਦਾ, ਤੁਸੀਂ ਹੰਕਾਰ ਛੱਡ ਕੇ ਮੁਕਤ ਹੋਵੋਗੇ ਹੰਕਾਰ ਤੋਂ, ਹੰਕਾਰ ਵੱਲੋਂ ਮਰੋਗੇ, ਤੁਹਾਨੂੰ ਲੱਗੇਗਾ ਸਭ ਤੋਂ ਉੱਚਾ ਬੰਦਾ ਇਹ ਹੈ। ਆਪਸ ਕਹੋ ਜੋ ਜਾਣੇ ਨੀਚਾ, ਸੋ ਗਨੀਆ ਸਭ ਤੋਂ ਉੱਚਾ। ਸੋ ਅਗਲੇਰੇ ਦੋ ਸਲੋਕ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰਾਂਗੇ। ਸੱਚੇ ਪਾਤਸ਼ਾਹ ਉਹੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।